ਹੈਲੋ ਗਾਇਜ਼ ਹੁਣ ਮੈਂ ਤੁਹਾਡੇ ਕੋਲੇ ਰਾਈਟਿੰਗ ਟਾਸਕ 1 ਲੈ ਕੇ ਆਇਆ ਜਿਸ ਵਿੱਚ ਮੈਂ ਪ੍ਰੋਸੈਸ ਚਾਰਟ ਨੂੰ ਪਿਕ ਕੀਤਾ ਹੈ ਤੁਹਾਡੇ ਲਈ ਐਂਡ ਇਸ ਟਾਸਕ ਦਾ ਨਾਮ ਹੈ ਦਾ ਡਾਇਗਰਾਮ ਡਿਟੇਲਸ ਦਾ ਪ੍ਰੋਸੈਸ ਆਫ ਮੇਕਿੰਗ স্মੋਕਡ ਫਿਸ਼ ਕਹਿੰਦੇ ਤੁਸੀਂ ਇਸ ਜੋ ਜੋ ਪ੍ਰੋਸੈਸ ਹੈਗੀ স্মੋਕਡ ਫਿਸ਼ ਦੀ ਇਹਨੂੰ ਕਹਿਣਾ ਮਤਲਬ ਇਸ ਪ੍ਰੋਸੈਸ ਨੂੰ ਤੁਸੀਂ ਕੀ ਹੈਗਾ ਡਿਟੇਲਸ ਦੇਣੀਆਂ ਠੀਕ ਹੈ ਜੀ ਇਹ ਇੱਕ ਸਟੇਟਮੈਂਟ ਹੈ ਜੋ ਆਪਾਂ ਨੂੰ ਮੈਨੈਟ ਤੋਂ ਪਿਕ ਕੀਤੀ ਹੈਗੀ ਤੇ ਇਹ ਆਪਣੇ ਕੋਲੇ ਡਾਇਗਰਾਮ ਹੈ ਜਿਹਨੂੰ ਆਪਾਂ ਹੁਣ ਆਪਾਂ ਐਕਸਪਲੇਨ ਕਰਾਂਗੇ ਆਪਣਾ ਟਾਸਕ ਟਾਸਕ ਤੇ ਪਹੁੰਚਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗੀ ਜੇਕਰ ਤੁਸੀਂ ਵੀ ਖੁਦ ਰਾਈਟਿੰਗ ਮੋਡਿਊਲ ਨੂੰ ਹੈਂਡਲ ਕਰਨ ਦੇ ਕਾਬਿਲ ਬਣਨਾ ਚਾਹੁੰਦੇ ਹੋ ਐਂਡ ਸਪੀਕਿੰਗ ਦੇ ਕਿਊ ਕਾਰਡ ਖੁਦ ਬਣਾਉਣ ਦੇ ਕਾਬਿਲ ਬਣਨਾ ਚਾਹੁੰਦੇ ਹੋ ਤੇ ਰੀਡਿੰਗ ਤੇ ਲਿਸਨਿੰਗ ਦੇ ਵਿੱਚ ਆਪਣੀ ਅੰਡਰਸਟੈਂਡਿੰਗ ਪਾਵਰ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰਾ ਕੀ ਹੈ ਬੇਸਿਕ ਤੇ ਐਡਵਾਂਸ ਇੰਗਲਿਸ਼ ਦੇ ਕੋਰਸ ਨੂੰ ਜੁਆਇਨ ਕਰ ਸਕਦੇ ਹੋ ਜਿਸ ਵਿੱਚ ਮੈਂ ਹਰ ਇੱਕ ਚੀਜ਼ ਤੁਹਾਨੂੰ ਪ੍ਰੈਕਟੀਕਲੀ ਕਰਵਾਉਂਗੀ ਤੇ ਮੈਂ ਤੁਹਾਨੂੰ ਗਾਰੰਟੀ ਦਿੰਦੀ ਆ ਮੇਰੀ ਕਰਵਾਈ ਹੋਈ ਸਾਰੀ ਦੀ ਸਾਰੀ ਸੈਂਟੈਂਸ ਫਾਰਮੇਸ਼ਨ ਤੁਹਾਨੂੰ ਰੀਡਿੰਗ ਤੇ ਲਿਸਨਿੰਗ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਉਹੀ ਸੈਂਟੈਂਸ ਫਾਰਮੇਸ਼ਨ ਤੁਸੀਂ ਕੀ ਹੈਗਾ ਆਪਣਾ ਕਹਿਣਾ ਮਤਲਬ ਰਾਈਟਿੰਗ ਤੇ ਸਪੀਕਿੰਗ ਦੇ ਵਿੱਚ ਯੂਜ਼ ਕਰ ਸਕੋਗੇ ਤੇ ਇਹ ਬਹੁਤ ਹੀ ਐਡਵਾਂਸ ਲੈਵਲ ਦੀ ਸੈਂਟੈਂਸ ਫਾਰਮੇਸ਼ਨ ਹੈ ਜੋ ਤੁਹਾਡੇ ਰਾਈਟਿੰਗ ਤੇ ਸਪੀਕਿੰਗ ਨੂੰ ਚਾਰ ਚੰਨ ਲਗਾ ਦੇਗੀ ਤੇ ਜੇਕਰ ਤੁਹਾਨੂੰ ਮੇਰੀ ਇਹ ਆਰਸਨਰ ਰਿਲੇਟਡ ਸੀਰੀਜ਼ ਵਧੀਆ ਲੱਗੀ ਜਾਂ ਫਿਰ ਮੇਰਾ ਕੋਈ ਉੰਜ ਵੋਕੈਬਲਰੀ ਵਾਲੇ ਕੰਟੈਂਟ ਤੁਹਾਨੂੰ ਵਧੀਆ ਲੱਗੇ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤੇ ਇੱਕ ਤੁਹਾਡੇ ਲਈ ਇੱਕ ਹੋਰ ਆਫਰ ਲੈ ਕੇ ਆਈਆਂ ਜੇਕਰ ਤੁਸੀਂ ਚਾਹੋਗੇ ਤੁਹਾਨੂੰ ਜੰਬੋ ਕਿਊ ਕਾਰਡ ਤਾਂ ਦੇਖੋ ਹਰ ਕੋਈ ਪ੍ਰੋਵਾਈਡ ਕਰ ਦਿੰਦਾ ਜੇ ਤੁਸੀਂ ਚਾਹੋਗੇ ਵੀ ਤੁਹਾਨੂੰ ਜੰਬੋ ਰਾਈਟਿੰਗ ਪ੍ਰੋਵਾਈਡ ਕਰੇ ਜਾਵੇ ਮੇਰੀ ਬਣਾਈ ਹੋਈ ਖੁਦ ਦੀ ਕ੍ਰੀਏਟੀਵਿਟੀ ਬਹੁਤ ਹੀ ਨੇਚਰਲ ਰਾਈਟਿੰਗ ਹੈ ਤੇ ਮੇਰੇ ਮੇਰੀ ਇੰਨੀ ਕ ਕ੍ਰੀਏਟੀਵਿਟੀ ਕੀਤੀ ਹੈ ਮੇਰੇ ਬਣਾਏ ਹੋਏ ਆਈਡੀਆਜ਼ ਤੁਸੀਂ ਘਟੋ ਘਟ 20 25 ਰਾਈਟਿੰਗ ਦੇ ਟਾਸਕ 2 ਦੇ ਵਿੱਚ ਲਗਾ ਸਕੋਗੇ ਸੇਮ ਲੈਬੋਰੇਸ਼ਨ ਸੇਮ ਆਈਡੀਆ ਸਭ ਕੁਝ ਤੁਹਾਨੂੰ ਪੱਕੀ ਪਕਾਈ ਖੀਰ ਮਿਲੇਗੀ ਇਹਦੇ ਵਿੱਚ ਤੁਹਾਨੂੰ ਕੋਈ ਵੀ ਆਪ ਤੋਂ ਐਫਰਟਸ ਨਹੀਂ ਕਰ ਪਾਉਗੇ ਤੇ ਇਸ ਰਾਈਟਿੰਗ ਦੇ ਇਸ ਜੰਬੋ ਰਾਈਟਿੰਗ ਦੇ ਜਰੀਏ ਮੈਂ ਤੁਹਾਨੂੰ ਇਹ ਵੀ ਗਾਰੰਟੀ ਦਿੰਦੀ ਆ ਜੇ ਇਹਨਾਂ ਵਿੱਚੋਂ ਕੋਈ ਵੀ ਆ ਜਾਂਦੀ ਹੈ ਵੈਸੇ ਤਾਂ ਇਹ ਤੁਸੀਂ ਖੁਦ ਹੀ ਬਣਾ ਲਓਗੇ ਜਦੋਂ ਤੁਹਾਨੂੰ ਮੈਂ ਇੱਕ ਵਾਰੀ ਸਮਝਾ ਦਿੱਤਾ ਮੈਂ ਹਰ ਇੱਕ ਟਾ ਕਹਿੰਨਾ ਮਤਲਬ ਜਿੱਦਾਂ ਮੈਂ ਕਯੂ ਕਾਰਡ ਨੂੰ ਅਕੋਰਡਿੰਗ ਟੂ ਦਾ ਸਿਚੁਏਸ਼ਨ ਅਕੋਰਡਿੰਗ ਟੂ ਦਾ ਡਿਮਾਂਡ ਮੈਂ ਬਣਾਇਆ ਹੋਇਆਗਾ ਉਦਾਂ ਹੀ ਮੈਂ ਰਾਈਟਿੰਗ ਨੂੰ ਜੰਬੋ ਰਾਈਟਿੰਗ ਨੂੰ ਅਕੋਰਡਿੰਗ ਟੂ ਦਾ ਡਿਮਾਂਡ ਬਣਾਇਆ ਹੋਇਆ ਤੇ ਇਹ ਘੱਟੋ-ਘੱਟ 15 ਤੋਂ 20 ਆਪਣੇ ਟਾਸਕ ਨੂੰ ਕਵਰ ਕਰ ਦਿੰਦੀ ਹੈ ਤੇ ਇਹ 7 ਬੈਂਡ ਸਕੋਰ ਹੈਗੀ ਹੈ ਤੁਸੀਂ ਈਜ਼ਲੀ ਇਸ ਦੇ ਵਿੱਚੋਂ 7 ਬੈਂਡ ਲੈ ਲੋਗੇ ਬਟ ਇਹ ਕਹਿਣਾ ਮਤਲਬ ਇਸ ਦੇ ਇਸ ਜੰਬੋ ਰਾਈਟਿੰਗ ਦੇ ذریعے ਤੁਸੀਂ ਇਹ ਤੁਸੀਂ ਇਹ 네ਗੇਟਿਵ ਨਹੀਂ ਫੀਲ ਕਰੋਗੇ ਵੀ ਹਾਂ ਵੀ ਸਾਨੂੰ ਆਉਂਦਾ ਜਾਂ ਨਹੀਂ ਆਉਂਦਾ ਤੁਸੀਂ ਈਜ਼ੀਲੀ ਉਸ ਨੂੰ ਮੋਲਡ ਕਰਕੇ ਆਪਣੇ ਟਾਸਕ ਦੇ ਵਿੱਚ ਲਗਾ ਪਾਉਗੇ ਇਸ ਚੀਜ਼ ਦੀ ਮੈਂ ਸ਼ੋਰਟੀ ਲੈਣੀ ਆ ਤੇ ਜੋ ਵੀ ਇਸ ਕੋਰਸ ਨੂੰ ਜੁਆਇਨ ਕਰਨ ਲਈ ਵਿਲਿੰਗ ਹਨ ਉਹ ਜਲਦੀ ਤੋਂ ਜਲਦੀ ਇਸ ਕੋਰਸ ਨੂੰ ਜੁਆਇਨ ਕਰ ਲੈਣ ਇਸ ਕੋਰਸ ਦੇ ਵਿੱਚ ਮੈਂ ਤੁਹਾਨੂੰ ਬਹੁਤ ਹੀ ਡੀਪ ਨੌਲੇਜ ਪ੍ਰੋਵਾਈਡ ਕਰੂੰਗੀ ਠੀਕ ਹੈ ਜਿਸ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਨੌਲੇਜੇਬਲ ਬਣ ਜਾਓਗੇ ਹਾਂ ਜੋ ਨੌਲੇਜ ਮੈਂ ਤੁਹਾਨੂੰ ਕੀ YouTube ਤੇ ਨਹੀਂ ਪ੍ਰੋਵਾਈਡ ਕਰ ਸਕਦੀ ਬਟ ਮੈਂ ਆਪਣੇ ਕੋਰਸ ਦੇ ਜ਼ਰੀਏ ਤੁਹਾਨੂੰ ਹਰ ਇੱਕ ਚੀਜ਼ ਡੀ ਪ੍ਰੋਵਾਈਡ ਕਰੂੰਗੀ ਚਲੋ ਜੀ ਹੁਣ ਆਪਾਂ ਮੂਵ ਕਰਦੇ ਆ ਆਪਣੇ ਰਾਈਟਿੰਗ ਟਾਸਕ 1 ਤੇ ਜੀ ਤਾਂ ਹੁਣ ਮੈਂ ਕਹਿੰਦਾ ਮਤਲਬ ਇਹਦੀ ਸਭ ਤੋਂ ਪਹਿਲਾਂ ਮੈਂ ਇੰਟਰੋਡਕਸ਼ਨ ਤਿਆਰ ਕੀਤੀ ਹੈ ਇਹਨੂੰ ਪੈਰਾਫਰੇਜ਼ ਕੀਤਾਗਾ ਜਿੱਦਾਂ ਕਿ ਇਹਨਾਂ ਨੇ ਆਪਾਂ ਨੂੰ ਤਾਂ ਡਾਇਗਰਾਮ ਡਿਟੇਲਸ ਦਾ ਪ੍ਰੋਸੈਸ ਆਫ ਮੇਕਿੰਗ স্মੋਕਡ ਫਿਸ਼ ਇਹ ਵਾਲਾ ਆਪਾਂ ਨੂੰ ਸਟੇਟਮੈਂਟ ਦੇ ਦਿੱਤੀ ਸੀ ਹੁਣ ਇਹ ਸਟੇਟਮੈਂਟ ਦਾ ਮੈਂ ਕੀ ਕੀਤਾ ਜੀ ਪੈਰਾਫਰੇਜ਼ ਕੀਤਾ ਕਹਿਣਾ ਮਤਲਬ ਪੈਰਾਫਰੇਜ਼ ਦਾ ਮਤਲਬ ਕੀ ਹੁੰਦਾ ਜੀ ਗੱਲ ਨੂੰ ਗੱਲ ਸੇਮ ਹੀ ਹੁੰਦੀ ਹੈ ਬਟ ਉਹਨੂੰ ਘੁਮਾ ਕੇ ਕੀਤਾ ਹੁੰਦਾਗਾ ਠੀਕ ਹੈ ਇਹ ਹੁੰਦੀ ਹੈ ਪੈਰਾਫਰੇਜ਼ ਜਿਵੇਂ ਕਿ ਫॉर एग्जांपल ਤੁਹਾਨੂੰ ਮੈਂ ਪੰਜਾਬੀ ਜੀ ਭਾਸ਼ਾ ਦੇ ਵਿੱਚ ਸਮਝਾ ਦਿੰਨਾ ਆਪਾਂ ਪੰਜਾਬੀ ਦੇ ਵਿੱਚ ਵੀ ਗੱਲ ਐਂ ਕਰਦੇ ਹੁੰਨੇ ਬਈ ਮੈਂ ਤੇਰੇ ਥੱਪੜ ਮਾਰੂੰ ਜਾਂ ਤੇਰੇ ਥੱਪੜ ਪੈਣਗੇ ਗੱਲ ਇੱਕੋ ਹੀ ਹੁੰਦੀ ਹੈ ਬਟ ਇਹ ਕੀ ਹੋ ਗਿਆ ਗੱਲ ਨੂੰ ਕਮਾ ਕੇ ਕਰ ਦਿੱਤਾ ਇਹ ਹੁੰਦੀ ਹੈ ਪੈਰਾਫਰੇਜ਼ ਇਹ ਪੰਜਾਬੀ ਦੇ ਵਿੱਚ ਜਿਸ ਮੈਂ ਤੁਹਾਨੂੰ ਸਮਝਾਇਆਗਾ ਵੀ ਤੁਸੀਂ ਸਮਝ ਸਕੋ ਵੀ ਪੈਰਾਫਰੇਜ਼ ਕੀ ਹੁੰਦੀ ਹੈ ਉਦਾਂ ਹੀ ਹੁਣ ਮੈਂ ਇੰਟਰੋਡਕਸ਼ਨ ਨੂੰ ਕੀ ਹੈ ਪੈਰਾਫਰੇਜ਼ ਕੀਤਾ ਜੋ ਕਿ ਇੰਪੋਰਟੈਂਟ ਪਾਰਟ ਹੈਗਾ ਆਪਣਾ ਰਾਈਟਿੰਗ ਦੇ ਵਿੱਚ ਪੈਰਾਫਰੇਜ਼ ਕਰਨਾ ਇਹਦੇ ਵਿੱਚ ਮੈਂ ਕਿਦਾਂ ਸਟਾਰਟ ਕੀਤਾ ਜੀ ਦਾ ਇਨਫੋਰਮੇਸ਼ਨ ਰਿਗਾਰਡਿੰਗ ਦਾ ਪ੍ਰੋਸੀਜਰ ਆਫ ਮੇਕਿੰਗ স্মੋਕਡ ਫਿਸ਼ ਇਸ ਡਿਪਿਕਟਡ ਥਰੂ ਆਰ ਰੈਂਡਰਡ ਪ੍ਰੋਸੈਸ ਚਾਰਟ ਠੀਕ ਹੈ ਜੀ ਹੁਣ ਦੇਖੋ ਜੀ ਕਹਿੰਦੇ ਇਹ ਇਨਫੋਰਮੇਸ਼ਨ ਜੋ ਇਹ ਪ੍ਰोसीजर ਹੈਗਾ ਇਹ ਕਾਦਾ ਹੈਗਾ স্মੋਕਡ ਫਿਸ਼ ਦਾ ਤੇ ਇਹਨੂੰ ਕੀ ਹੈ ਦਰਸਾਇਆ ਜਾਂਦਾ ਹੈਗਾ ਕਾਦੇ ਨਾਲ ਦਰਸਾਇਆ ਜਾਂਦਾ ਹੈਗਾ ਇੱਕ ਪ੍ਰੋਸੈਸ ਚਾਰਟ ਦੇ ਦੁਆਰਾ ਦੱਸਿਆ ਜਾਂਦਾ ਹੈਗਾ ਵੀ ਇਹ ਪ੍ਰੋਸੀਜਰ ਕਿੱਦਾਂ ਚੱਲਦਾ ਹੈਗਾ ਵੀ স্মੋਕਡ ਫਿਸ਼ ਨੂੰ ਕਿੱਦਾਂ ਬਣਾਇਆ ਜਾਂਦਾ ਹੈਗਾ ਇਸ ਲਾਈਨ ਦਾ ਮਤਲਬ ਇਹ ਹੈ ਤਾਂ ਤੁਸੀਂ ਇਹ ਕੈਸ ਜਿਹੜੀ ਹੁਣ ਮੈਂ ਤੁਹਾਨੂੰ ਇੱਕ ਇਹਦੇ ਵਿੱਚ ਫਿਕਸ ਲਾਈਨ ਦੱਸਾਂ ਵੀ ਕਿੱਦਾਂ ਤੁਸੀਂ ਫਿਕਸ ਕਰ ਸਕਦੇ ਹੋ ਤਾਂ ਇਨਫਾਰਮੇਸ਼ਨ ਰਿਗਾਰਡਿੰਗ ਦਾ ਪ੍ਰੋਸੀਜਰ ਆਫ ਤੱਕ ਸੇਮ ਰਹੂਗਾ ਜੀ ਉਸ ਤੋਂ ਬਾਅਦ ਜੋ ਵੀ ਤੁਹਾਡਾ ਟਾਸਕ ਹੋਊਗਾ ਪ੍ਰੋਸੈਸ ਹੋਊਗੀ ਉਸ ਦਾ ਨਾਮ ਤੁਸੀਂ ਐਡ ਕਰ ਦੋਗੇ ਜਿਵੇਂ ਕਿ ਹੁਣ ਮੇਰੇ ਕੋਲੇ স্মੋਕਡ ਫਿਸ਼ ਦਾ ਸੀ ਤਾਂ ਮੇਰੇ ਕੋਲੇ ਐਜ਼ ਇਟ ਇਜ਼ ਦੇਖੋ ਇੱਥੇ ਇਹਨਾਂ ਨੇ ਲਿਖਿਆ ਹੋਇਆਗਾ ਮੇਕਿੰਗ স্মੋਕਡ ਫਿਸ਼ ਠੀਕ ਹੈ ਜੀ ਉਹਨੂੰ ਮੈਂ ਐਜ਼ ਇਟ ਇਜ਼ ਲਿਖ ਦਿੱਤਾ ਠੀਕ ਹੈ ਇਹ ਤੁਸੀਂ ਚੇਂਜ ਕਰਨਾਗਾ ਅਕੋਰਡਿੰਗ ਟੂ ਯਰ ਟਾਸਕ ਦੀ ਡਿਮਾਂਡ ਦੇ ਅਕੋਰਡਿੰਗ ਠੀਕ ਹੈ ਜੀ ਫਿਰ ਆ ਗਿਆ ਜੀ ਜਿਹੜੀ ਇਜ਼ੀ ਡਿਪਿਕਟਡ ਥਰੂ ਅ ਰੈਂਡਰਡ ਪ੍ਰੋਸੈਸ ਚਾਰਟ ਇਹ ਵੀ ਫਿਕਸ ਹੈ ਇਹਨੂੰ ਵੀ ਤੁਸੀਂ ਇਦਾਂ ਰੱਖਣਾ ਇਹਦੇ ਵਿੱਚ ਤੁਸੀਂ ਹੋਰ ਕੁਝ ਨਹੀਂ ਕਰਨਾਗਾ ਸਿਰਫ ਤੁਸੀਂ ਆਪਣੇ ਟਾਸਕ ਦੇ ਅਕੋਰਡਿੰਗ ਨਾਮ ਨੂੰ ਚੇਂਜ ਕਰਨਾ ਇਹ ਐਜ਼ ਇਟ ਇਜ਼ ਰਹਿ ਜੂਗੀ ਤੁਹਾਡੇ ਕੋਲੇ ਇਹ ਹੋਗੀ ਤੁਹਾਡੀ ਪੈਰਾਫਰੇਜ਼ ਠੀਕ ਹੈ ਜੀ ਹੁਣ ਆਪਾਂ ਮੂਵ ਕਰਦੇ ਹਾਂ ਇਸ ਦੇ ਓਵਰਆਲ ਤੇ ਓਵਰਆਲ ਦੇ ਵਿੱਚ ਇਹਦੇ ਵਿੱਚ ਵੀ ਮੈਂ ਫਿਕਸ ਲਾਈਨਸ ਐਡ ਕਰ ਰਹੀਆਂ ਨੇ ਜਿਹੜੀਆਂ ਜੋ ਤੁਹਾਡੇ ਕੀ ਹੈ ਬਹੁਤ ਹੈਲਪ ਕਰਨੀਆਂ ਰਾਈਟਿੰਗ ਨੂੰ ਖੁਦ ਤੋਂ ਡੀਲ ਕਰਨ ਦੇ ਵਿੱਚ ਹੁਣ ਇਹਦੇ ਵਿੱਚ ਮੈਂ ਕੀ ਕੀਤਾ ਜੀ ਇਨ ਆਰਡਰ ਟੂ ਮੇਕ ਅ স্মੋਕਡ ਫਿਸ਼ ਕਹਿੰਦੇ ਇੱਕ স্মੋਕਡ ਫਿਸ਼ ਨੂੰ ਬਣਾਉਣ ਦੇ ਲਈ ਠੀਕ ਹੈ ਇਨ ਆਰਡਰ ਟੂ ਤੁਸੀਂ ਐਜ਼ ਇਟ ਇਜ਼ ਰੱਖ ਲਿਓ ਠੀਕ ਹੈ ਬਟ ਇੱਥੇ ਜਿਵੇਂ ਹੁਣ ਜੇ ਮੇਕਿੰਗ ਪਾਇਆ ਹੋਇਆ ਹੈ ਨਾ ਤੁਸੀਂ ਇੱਥੇ ਮੇਕਿੰਗ ਨਹੀਂ ਪਾਉਂਗੇ ਜੀ ਇੱਥੇ ਤੁਸੀਂ ਵਰਬ ਦੀ ਬੇਸ ਫਾਰਮ ਯੂਜ਼ ਕਰੋਗੇ ਤਾਂ ਮੈਂ ਇੱਥੇ ਕੀ ਕੀਤਾ ਵਰਬ ਦੀ ਬੇਸ ਫਾਰਮ ਯੂਜ਼ ਕੀਤੀ ਹੈ ਮੇਕ ਇਨ ਆਰਡਰ ਟੂ ਮੇਕ ਅ স্মੋਕ ਫਿਸ਼ ਐਦਾਂ ਲਿਖੋਗੇ ਅਕੋਰਡਿੰਗ ਟੂ ਟਾਸਕ ਤੁਸੀਂ ਆਪਣਾ ਚੇਂਜ ਕਰੋਗੇ ਠੀਕ ਹੈ ਜੀ ਇਟ ਕੈਨ ਬੀ ਸੀਨ ਥੈਟ severl steps are followed ਇਹ ਵੀ ਤੁਸੀਂ ਸੇਮ ਟੂ ਸੇਮ ਰੱਖ ਸਕਦੇ ਹੋ ਇਹ ਦੇਖਿਆ ਜਾ ਸਕਦਾ ਹੈ ਕਿ ਕਹਿੰਦੇ ਵੀ ਮੈਂ ਹੁਣ ਇਹ ਇਹ ਦੇਖਿਆ ਜਾ ਸਕਦਾ ਹੈ ਕਿ ਜਿਹੜੀ স্মੋਕਡ ਫਿਸ਼ ਆ ਇਹਨੂੰ ਬਣਾਉਣ ਦੇ ਲਈ ਕੀ ਹੈਗਾ ਬਹੁਤ ਸਾਰੇ ਸਟੈਪਸ ਕੀ ਨੇ ਫਾਲੋ ਕੀਤੇ ਜਾਂਦੇ ਨੇ ਸੀਵਰਲ ਸਟੈਪਸ ਆਰ ਫਾਲੋਡ ਆਪਾਂ ਟੋਟਲ ਨੰਬਰ ਨਹੀਂ ਲਿਖਿਆ ਜਸਟ ਹੁੰਦੇ ਲਿਖਤਾ ਵੀ ਸੀਵਰਲ ਸਟੈਪਸ ਆਰ ਫਾਲੋਡ ਇਹਨੂੰ ਤੁਸੀਂ ਐਜ਼ ਇਟ ਇਜ਼ ਰੱਖ ਸਕਦੇ ਹੋ ਜਸਟ ਤੁਸੀਂ ਕੀ ਕਰਨਾਗਾ ਜਿਵੇਂ ਮੇਕ ਅ স্মੋਕਡ ਫਿਸ਼ ਦਾ ਨਾਮ ਅਕੋਰਡਿੰਗ ਟੂ ਤੁਸੀਂ ਆਪਣੀ ਡਿਮਾਂਡ ਦੇ ਆਪਣੇ ਟਾਸਕ ਦੀ ਡਿਮਾਂਡ ਦੇ ਅਕੋਰਡਿੰਗ ਉਹ ਚੇਂਜ ਕਰੋਗੇ ਤੇ ਇਟ ਕੈਨ ਬੀ ਸੀਨ ਥੈਟ ਸੀਵਰਲ ਸਟੈਪਸ ਆਰ ਫਾਲੋਡ ਇਹ ਤੁਸੀਂ ਐਜ਼ ਇਟ ਇਜ਼ ਰੱਖੋਗੇ ਐਂਡ ਥਿਸ ਪ੍ਰੋਸੀਜਰ ਬਿਗਨਿੰਗ ਵਿਦ ਕੈਚਿੰਗ ਦਾ ਫਿਸ਼ਸ ਠੀਕ ਹੈ ਕਹਿੰਦੇ ਇਹ ਜਿਹੜਾ ਪ੍ਰोसीजर ਹੈ ਇਹ ਸ਼ੁਰੂ ਕਿੱਥੋਂ ਹੁੰਦਾਗਾ ਹੁਣ ਦੇਖੋ ਜੀ ਸ਼ੁਰੂ ਕਿੱਥੋਂ ਹੁੰਦਾ ਮੱਛੀਆਂ ਨੂੰ ਫੜਿਆ ਜਾਂਦਾ ਨਾ ਉਹ ਦੇਖੋ ਜਾਲ ਦੇ ਵਿੱਚ ਨੇਗੀਆਂ ਉਹ ਲਿਖ ਦਿੱਤਾ ਵੀ ਕੈਚਿੰਗ ਦਾ ਫਿਸ਼ਸ ਐਂਡ ਕਲਮੀਨੇਟਿੰਗ ਇਨ ਡਿਲੀਵਰੀ ਤੇ ਕਹਿੰਦੇ ਇਹ ਐਂਡ ਕਿੱਥੇ ਹੁੰਦਾ ਇਹਦੀ ਸਮਾਪਤੀ ਕਿੱਥੇ ਹੁੰਦੀ ਹੈਗੀ ਡਿਲੀਵਰੀ ਤੱਕ ਠੀਕ ਹੈ ਜੀ ਇਨ ਡਿਲੀਵਰੀ ਇਨ ਡਿਲੀਵਰੀ ਟੂ ਅ ਸ਼ੌਪ ਵੀ ਕਹਿ ਸਕਦੇ ਜੀ ਤੁਸੀਂ ਐਦਾਂ ਵੀ ਸ਼ਾਰਟ ਸਕਦੇ ਹੋ ਇਨ ਡਿਲੀਵਰੀ ਇੱਥੇ ਬਸ ਇੰਨਾ ਕੀ ਲਿਖਾਂਗੇ ਜ਼ਿਆਦਾ ਐਕਸਪਲੇਨ ਨਹੀਂ ਕਰਦੇ ਹੋ ਆਪਾਂ ਬੀ ਪੀਸ ਦੇ ਵਿੱਚ ਕਰਾਂਗੇ ਇਹ ਵੀ ਤੁਸੀਂ ਐਜ਼ ਇਟ ਇਜ਼ ਆਪਣਾ ਰੱਖ ਸਕਦੇ ਹੋ ਤੁਸੀਂ ਕੁਝ ਨਹੀਂ ਕਰਨਾ ਜਿੱਥੇ ਤੁਹਾਡੀ ਬਿਗਨਿੰਗ ਹੋਊਗੀ ਉਹਦਾ ਨਾਮ ਲਿਖ ਦਿਓਗੇ ਪੁਆਇੰਟ ਤੇ ਜਿੱਥੇ ਤੁਹਾਡਾ ਐਂਡਿੰਗ ਹੋਗਾ ਐਂਡਿੰਗ ਮੋਸਟ ਆਫ ਦਾ ਟਾਈਮ ਡਿਲੀਵਰੀ ਹੁੰਦੀ ਹੈ ਤੇ ਤੁਸੀਂ ਇਹਨੂੰ ਐਜ਼ ਇਟ ਇਜ਼ ਰੱਖ ਸਕਦੇ ਹੋ ਜੀ ਕਲੀਅਰ ਹੈ ਚਲੋ ਜੀ ਹੁਣ ਆ ਗਿਆ ਆਪਣਾ BBC ਤੇ ਆਪਾਂ ਮੂਵ ਕਰਦੇ ਆਂ ਸਭ ਤੋਂ ਪਹਿਲਾਂ ਜੀ ਆਪਾਂ ਦੇਖੋ ਟੂ బిਗਨ ਵਿਦ ਹਰ ਕੋਈ ਲਿਖਦਾ ਗਾ ਬਟ ਮੈਂ ਚਾਹੂੰਗੀ ਤੁਸੀਂ ਰਾਈਟਿੰਗ ਨੂੰ ਸਿਰਫ ਓਪਨ ਸ਼ੋਅ ਕਰੋ ਜਿੱਦਾਂ ਆਪਾਂ ਪੰਜਾਬੀ ਦੇ ਵਿੱਚ ਸੋਚ ਕੇ ਜੇ ਚੱਲਦੇ ਆਂ ਆਪਾਂ ਕਹਿੰਦੇ ਨੇ ਨਾ ਵੀ ਮੁੱਖ ਤੌਰ ਤੇ ਦੇਖਿਆ ਜਾ ਸਕਦਾ ਆ ਚੀਜ਼ ਐਦਾਂ ਹੁੰਦੀ ਆ ਹਨ ਓਵੇਂ ਮੈਂ ਵੀ ਇਹ ਕੀ ਕੀਤਾ ਗਾ ਪ੍ਰਾਇਮਰਲੀ ਲਗਾ ਦਿੱਤਾ ਪ੍ਰਾਇਮਰਲੀ ਲਗਾ ਕੇ ਮੈਂ ਕੀ ਕੀਤਾ ਮੈਂ ਕਹਿੰਦਾ ਵੀ ਮੁੱਖ ਤੌਰ ਤੇ ਠੀਕ ਹੈ ਪ੍ਰਾਇਮਰਲੀ ਫਿਸ਼ਸ ਆਰ ਕਾਟ ਬਾਏ ਯੂジング ਅ ਫਿਸ਼ ਨੈਟ ਹੁਣ ਇੱਕ ਸਚਾਈ ਆ ਵੀ ਜਿਹੜੀਆਂ ਮੱਛੀਆਂ ਨੇ ਉਹਨਾਂ ਨੂੰ ਜਾਲ ਦੇ ਹੈਲਪ ਨਾਲ ਹੀ ਫੜਿਆ ਜਾਂਦਾ ਨਾ ਜਾਲ ਦੇ ਨਾਲ ਹੀ ਫੜਿਆ ਜਾਂਦਾ ਤਾਂ ਮੈਂ ਕਹਦੇ ਤਾਂ ਮੁੱਖ ਦੌਰ ਤੇ ਜਿਹੜੀਆਂ ਮੱਛੀਆਂ ਨੇ ਗਈਆਂ ਉਹਨਾਂ ਨੂੰ ਫੜਿਆ ਜਾਂਦਾ ਹੈਗਾ ਬਾਏ ਯੂジング ਅ ਫਿਸ਼ ਨੈਟ ਉਹਨਾਂ ਨੂੰ ਫਿਸ਼ ਨੈਟ ਦੀ ਮਦਦ ਫਿਸ਼ ਨੈਟ ਨੂੰ ਯੂਜ਼ ਕਰਕੇ ਕੀ ਫੜਿਆ ਜਾਂਦਾ ਐਂਡ ðiis fishes are collected in a small boat ਹੁਣ ਦੇਖੋ ਜੀ ਫੜਨ ਤੋਂ ਬਾਅਦ ਇਹਦੇ ਵਿੱਚ ਆਪਾਂ ਨੂੰ ਕੀ ਹੈ ਗੱਦ ਖਾਇਆਗਾ ਸਮਾਲ ਬੋਟ ਛੋਟੀ ਜੀ ਬੋਟ ਹੈ ਉਹਨਾਂ ਨੂੰ ਇਹ ਫਿਰ ਮੱਛੀਆਂ ਨੂੰ ਕੀ ਕੀਤਾ ਜਾਂਦਾਗਾ ਕਲੈਕਟ ਕੀਤਾ ਜਾਂਦਾਗਾ ਕਾਦੇ ਵਿੱਚ ਕਲੈਕਟ ਕੀਤਾ ਜਾਂਦਾਗਾ ਸਮਾਲ ਬੋਟ ਦੇ ਵਿੱਚ ਥੈਨ ਥੈਨ ਮਤਲਬ ਫਿਰ ਥੀਸ ਫਿਸ਼ੀਜ਼ ਆਰ ਪੋਰਟਡ ਫਿਰ ਇਹਨਾਂ ਨੂੰ ਉਸ ਕਲੈਕਟ ਕਰਨ ਤੋਂ ਬਾਅਦ ਇਹਨਾਂ ਫਿਸ਼ੀਜ਼ ਨੂੰ ਕੀ ਕੀਤਾ ਜਾਂਦਾਗਾ ਪੋਰਟ ਕੀਤਾ ਜਾਂਦਾਗਾ ਠੀਕ ਹੈ ਜੀ ਹੁਣ ਆਗੇ ਜੀ ਮੋਰ ਓਵਰ ਹੁਣ ਦੇਖੋ ਮੋਰ ਓਵਰ ਤੋਂ ਅੱਗੇ ਮੈਂ ਫੁੱਲ ਸਟਾਪ ਨਹੀਂ ਲਗਾਏਗਾ ਇਹਦੇ ਮੂਰੇ ਮੈਂ ਕੀ ਲਗਾਏਗਾ ਸੈਮੀ ਕੋਲਨ ਲਗਾਇਆ ਸੈਮੀ ਕੋਲਨ ਲਗਾਉਣ ਦਾ ਮਤਲਬ ਕੀ ਹੁੰਦਾ ਵੀ ਜਿਹੜਾ ਮੇਰੀ ਗੱਲ ਹੈ ਨਾ ਹਜੇ ਕੰਟੀਨਿਉਟੀ ਦੇ ਵਿੱਚ ਐ ਉਹ ਟੁੱਟੀ ਨਹੀਂ ਐ ਜਦੋਂ ਕਹਿਣਾ ਮਤਲਬ ਜੇ ਤੁਸੀਂ ਫੁੱਲ ਸਟਾਪ ਲਾਤਾ ਉਹ ਇੱਕ ਗੱਲ ਉੱਥੇ ਖਤਮ ਹੋ ਗਈ ਦੂਜੀ ਸ਼ੁਰੂ ਹੋ ਜਾਂਦੀ ਹੈ ਬਟ ਮੈਂ ਇਹਦੇ ਸੈਮੀ ਕੋਲਨ ਲਗਾ ਕੇ ਮੂਰੇ ਦੇਖੋ ਜੀ ਸੈਮੀ ਕੋਲਨ ਲਗਾਇਆ ਤਾਂ ਐਮ ਛੋਟੀ ਪਾਊਗੀ ਜੇ ਫੁੱਲ ਸਟਾਪ ਲਗਾਇਆ ਤਾਂ ਐਮ ਵੱਡੀ ਪਾਊਗੀ ਠੀਕ ਹੈ ਜੀ ਮੋਰਓਵਰ ਫਿਰ ਕਾਮਾ ਲੱਗੂਗਾ ਹੀ ਲੱਗੂਗਾ ਇਟ ਕੈਨ ਬੀ ਨੋਟਿਸ ਇਸ ਦਾ ਮਤਲਬ ਇਹ ਜਿਹੜੇ ਮੋਰਓਵਰ ਦਾ ਮਤਲਬ ਕੀ ਹੁੰਦਾ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਇਟ ਕੈਨ ਬੀ ਨੋਟਿਸਡ ਥੈਟ ਇਹ ਦੇਖਿਆ ਜਾ ਸਕਦਾ ਹੈ ਠੀਕ ਹੈ ਹੁਣ ਦੇਖੋ ਜੀ ਮੈਂ ਕਿੰਨੀ ਕ ਸੋਹਣੀ ਗੱਲ ਕੀਤੀ ਹੈ ਦੇਖੋ ਫ੍ਰੀਜ਼ ਦੀ ਸਟੈਪ ਪੋਰਟ ਤੋਂ ਬਾਅਦ ਆਉਂਦੀ ਸੀ ਬਟ ਮੈਂ ਕੀ ਕੀਤਾ ਸਮਾਰਟ ਵਰਕ ਕੀਤਾ ਕਿੱਦਾਂ ਕੀਤਾ ਸੈਂਟੈਂਸਸ ਨੂੰ ਆਪਸ ਦੇ ਵਿੱਚ ਮਰਜ ਕਰਕੇ ਉਹਨੂੰ ਹੋਰ ਅਟਰੈਕਟਿਵ ਬਣਾਉਂਦੇ ਨੇ ਦੇਖੋ ਜੀ ਫਿਰ ਮੈਂ ਫ੍ਰੀਜ਼ ਵਾਲੀ অপਸ਼ਨ ਨੂੰ ਇਗਨੋਰ ਕਰਕੇ ਮੈਂ ਕਿਹਨਾਂ ਕੀ ਕੀਤਾ ਥ्रोइंग தி ਸਟੈਪ ਤੇ ਮੂਵ ਕਰ ਗਈਆਂ ਦੇਖੋ ਹੁਣ ਇਹਦੇ ਵਿੱਚ ਮੈਂ ਕਿਦਾਂ ਕੀਤਾਗਾ ਇਟ ਕੈਨ ਬੀ ਨੋਟਿਸ ਥੈਟ ਬਿਫੋਰ ਥ्रोइंग द ਫਿਸ਼ਸ ਇਨ ਫ੍ਰੈਸ਼ ਵਾਟਰ ਕਹਿੰਦੇ ਮੱਛੀਆਂ ਨੂੰ ਫ੍ਰੈਸ਼ ਵਾਟਰ ਦੇ ਵਿੱਚ ਥ्रोइंग ਕਰਨ ਤੋਂ ਪਹਿਲਾਂ ðiਸ ਫਿਸ਼ਸ ਆਰ ਕੈਪਟ ਇਨ ਆ ਫਰੀਜ਼ਰ ਟੂ ਫਰੀਜ਼ ਇਟ ਕਹਿੰਦੇ ਆ ਦੇਖੋ ਆ ਕਰਨ ਤੋਂ ਪਹਿਲਾਂ ਥੋਇੰਗ ਕਰਨ ਤੋਂ ਫਰੈਸ਼ ਵਾਟਰ ਦੇ ਵਿੱਚ ਮੱਛੀਆਂ ਨੂੰ ਥੋਇੰਗ ਕਰਨ ਤੋਂ ਪਹਿਲਾਂ ਜਿਹੜੀਆਂ ਇਹ ਮੱਛੀਆਂ ਨੇ ਉਹਨਾਂ ਨੂੰ ਕੀ ਹੈਗਾ ਫਰੀਜ਼ਰ ਦੇ ਵਿੱਚ ਰੱਖਿਆ ਜਾਂਦਾ ਹੈਗਾ ਥਰਡ ਆਪਣਾ ਫੋਰਥ ਵਾਲੇ ਸਟੈਪ ਦੇ ਵਿੱਚ ਦੇਖੋ ਫਰੀਜ਼ ਹੈ ਨਾ ਉਹ ਫਰੀਜ਼ਰ ਦੇ ਵਿੱਚ ਰੱਖਿਆ ਜਾਂਦਾ ਆਬਵੀਅਸਲੀ ਕਿਉਂ ਰੱਖ ਦੇਗੇ ਟੂ ਫਰੀਜ਼ ਇਟ ਇਹਨਾਂ ਨੂੰ ਕੀ ਹੈਗਾ ਫਰੀਜ਼ ਕਰਨ ਦੇ ਲਈ ਠੀਕ ਹੈ ਜੀ ਆਫਟਰ ਫਾਲੋਇੰਗ ਥਿਸ ਪ੍ਰੋਸੀਜਰ ਹੁਣ ਇਸ ਪ੍ਰੋਸੀਜਰ ਨੂੰ ਫਾਲੋ ਕਰਨ ਤੋਂ ਬਾਅਦ ਕੀ ਹੁੰਦਾ ਜੀ ਹੁਣ ਆਪਾਂ ਵੇਖੋ ਜੀ ਮੱਛੀਆਂ ਨੂੰ ਕੱਟਿਆ ਜਾਂਦਾ ਹੈ ਨਾ ਆਫਟਰ ਫਾਲੋਇੰਗ ਥਿਸ ਪ੍ਰੋਸੀਜਰ ਫਿਸ਼ਸ ਆਰ ਕੱਟ ਇਨਟੂ ਟੂ ਪੀਸਸ ਬਾਈ ਦੀ ਹੈਲਪ ਆਫ ਅ ਕਲੇਵਰ ਟੂ ਕੀਪ ਇਟ ਇਨ ਅ ਕੰਟੇਨਰ ਹੁਣ ਦੇਖੋ ਜੀ ਤੁਸੀਂ ਹਰ ਇੱਕ ਚੀਜ਼ ਬਰੀਕੀ ਤੋਂ ਬਰੀਕੀ ਨੋਟ ਕਰਨੀ ਹੈ ਕਈ ਬੱਚੇ ਕੀ ਕਰਦੇ ਨੇ ਜਿੰਨਾ ਕ ਲਿਖਿਆ ਹੁੰਦਾਗਾ ਮੇਰੇ ਕੋਲੇ ਵੀ ਜਿੱਦਾਂ ਬੱਚੇ ਪੜ੍ਹ ਕੇ ਗਏ ਨੇ ਰਾਈਟਿੰਗ ਕਰਕੇ ਗਏ ਉਹ ਪਹਿਲਾਂ ਕੀ ਕਰਦੇ ਹੁੰਦੇ ਸੀਗੇ ਜਸਟ ਕੀ ਕਰਦਾ ਜਿੱਦਾਂ ਨਾ ਨਾਮ ਲਿਖਿਆ ਹੁੰਦਾ ਉਦਾਂ ਨ ਲਿਖ ਰਿਹਾ ਨਹੀਂ ਉਹਨੂੰ ਡੀਪ ਅਬਜ਼ਰਵ ਕਰੋ ਕਟਿਆਗਾ ਕਿਵੇਂ ਕਟਿਆ ਕਿਉਂ ਕਟਿਆ ਠੀਕ ਹੈ ਜੀ ਕਿਨੇ ਵੀ ਇਹ ਜਿਹੜੀਆਂ ਵੀ ਕੈਨਾ ਮਤਲਬ ਇਹ ਸਾਰੀ ਪ੍ਰੋਸੀਜਰ ਨੂੰ ਫਾਲੋ ਕਰਨ ਤੋਂ ਬਾਅਦ ਜਿਹੜੀਆਂ ਇਹ ਮੱਛੀਆਂ ਨੇ ਉਹਨਾਂ ਨੂੰ ਕੱਟਿਆਗਾ ਕਾਰੇ ਨਾਲ ਕੱਟਿਆਗਾ ਕਲੇਵਰ ਆ ਜਿਹੜਾ ਆਸੰਦ ਜਗ ਹੈ ਇਹਨੂੰ ਕਲੇਵਰ ਬੋਲਦੇ ਆ ਇਹਦੀ ਮਦਦ ਨਾਲ ਕੀ ਹੈਗਾ ਇਹਨੂੰ ਕੱਟਿਆਗਾ ਠੀਕ ਹੈ ਕਿਉਂ ਕੱਟਿਆਗਾ ਉਹਨੂੰ ਕੰਟੇਨਰ ਦੇ ਵਿੱਚ ਰੱਖਣ ਦੇ ਲਈ ਆ ਇੱਕ ਕੰਟੇਨਰ ਦੇ ਵਿੱਚ ਕੱਟ-ਕੱਟ ਕੇ ਰੱਖਿਆ ਪਈ ਨਾ ਜਿੱਥੇ ਸਾਲਟ ਵਾਟਰ ਤੇ yellow ਕਲਰਿੰਗ ਵਾਲਾ ਇਦਾਂ ਮੈਂ ਇਹਨੂੰ ਕਰ ਦਿੱਤਾ ਆਫਟਰ ਫਾਲੋਇੰਗ ਥਿਸ ਪ੍ਰੋਸੀਜਰ ਫਿਸ਼ੀਜ਼ ਆਰ ਕੱਟ ਇਨਟੂ two pieces by the help of a clever to keep it in a container ਠੀਕ ਹੈ ਜੀ ਫਿਰ ਮੈਂ ਆਪਣਾ ਕਹਿੰਦਾ ਮਤਲਬ ਸੈਂਟੈਂਸ ਫਾਰਮੇਸ਼ਨ ਨੂੰ ਰਨਿੰਗ ਦੇ ਵਿੱਚ ਰੱਖ ਰਹੀ ਹਾਂ ਤਾਂ ਮੈਂ ਕਰਕੇ ਇੱਥੇ ਕੀ ਕੀਤਾਗਾ ਆਪਣਾ ਸੈਮੀ ਕੋਲਨ ਲਗਾ ਦਿੱਤਾ ਹੁਣ ਇੱਥੇ ਮੈਂ ਕੀ ਕੀਤਾ ਈਵਨ ਬਿਸਾਈਡਸ ਸਲਟੀ ਵਾਟਰ ਕਹਿੰਦੇ ਇੱਥੋਂ ਤੱਕ ਹੀ ਸਲਟੀ ਵਾਟਰ ਤੋਂ ਇਲਾਵਾ ਸਾਲਟੀ ਵਾਟਰ ਤੋਂ ਇਲਾਵਾ yellow कीती है, कीती है। कलरिंग इज ਐਡਡਡ ਇਨ ਥਿਸ ਕੰਟੇਨਰ ਮੱਛੀਆਂ ਤਾਂ ਦੇਖੋ ਆਪਾਂ ਐਡ ਕੀਤੀਆਂ ਕੀਤੀਆਂ ਫਿਰ ਆਪਾਂ ਕਹਿ ਦਿੱਤਾਗਾ ਵੀ ਭਾਵੇਂ ਕਹਿੰਦੇ ਇਥੋਂ ਤੱਕ ਕੀ ਸਾਲਟੀ ਵਾਟਰ ਤੋਂ ਖਾਰੇ ਪਾਣੀ ਤੋਂ ਇਲਾਵਾ ਇਹਦੇ ਵਿੱਚ ਕੀ ਹੈਗਾ yellow कलरिंग ਵੀ ਕੀ ਹੈਗੀ ਐਡ ਕੀਤੀ ਗਈ ਸੀ ਇਸ ਕੰਟੇਨਰ ਦੇ ਵਿੱਚ ਇਨ ਥਿਸ ਕੰਟੇਨਰ ठीक है जी हूँ आप कर देंगे नैक्सट वीपी मूविंग अड इट कैन बी नोटिस दैट ये देखा जा सकता है, इतनी नोटिस ना करो इतें ऑबजर्व कर दो इट कैन बी ऑब्जर्व दैट फिशेज देखो हूँ मैं इतनी रीडिंग वाली सेंटेंस फॉरमेशन बनाई है moving ahead agge vadde hoye it can be observed that fishes which are kept in salty water and in yellow coloring jehdiyan rakhiyan hoyian ne salty water te yellow coloring de vich ਠੀਕ ਹੈ ਇੱਥੇ ਮੈਂ ਇਹ ਗੱਲ ਨੂੰ ਨਾ ਕਾਮਿਆਂ ਦੇ ਵਿੱਚ ਕਰ ਦਿੱਤਾ ਆਪਣੀ ਰੀਡਿੰਗ ਵੀ ਆਪਣੀ ਇਦਾਂ ਹੀ ਕਾਮਿਆਂ ਦੇ ਵਿੱਚ ਗੱਲ ਕਰਦੀ ਹੈ ਜੇ ਇਦਾਂ ਦਾ ਤੁਸੀਂ ਗੱਲਬਾਤ ਨੂੰ ਰਾਈਟਿੰਗ ਦੇ ਵਿੱਚ ਐਡ ਕਰੋਗੇ ਨਾ ਤੁਹਾਡੀ ਰਾਈਟਿੰਗ ਬਹੁਤ ਵਧੀਆ ਹੋ ਜਾਣੀ ਹੈਗੀ ਐਗਜ਼ਾਮੀਨਰ ਨੂੰ ਵੀ ਲੱਗੂਗਾ ਵੀ ਹਾਂ ਬੀ ਬੰਦੇ ਨੇ ਕੁਝ ਨਾ ਕੁਝ ਯੂਨੀਕ ਕੀਤਾਗਾ ਹੁਣ ਇਹ ਲਾਈਨ ਨੂੰ ਜੇ ਤੁਸੀਂ ਸਕਿਪ ਕਰਨਾ ਚਾਹੋਗੇ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਰੀਡਿੰਗ ਮੰਗੂ ਇਹਦਾ ਵੀ ਇਹ ਆਪਣਾ ਇਹਦੇ ਤੋਂ ਬਿਨਾਂ ਵੀ ਆਪਣਾ ਮਤਲਬ ਨਿਕਲਦਾਗਾ ਇਟ ਕੈਨ ਬੀ ਅਬਜ਼ਰਵਡ ਥੈਟ ਫਿਸ਼ੀਜ਼ ਦੇਖੋ ਹੁਣ ਜੇ ਐਪੀ ਲਾਈਨ ਨੂੰ ਇਗਨੋਰ ਕਰਦੇ ਫਿਸ਼ੀਜ਼ ਚੀਜ਼ ਆਰ ਪੁਟੀਨ ਗ੍ਰਿਲ ਇਦਾਂ ਵੀ ਸੈਂਸ ਬੰਦਿਆ ਬਟ ਤੁਸੀਂ ਇਦਾਂ ਐਡ ਕਰਨ ਦੀ ਕਰਿਓ ਮੈਂ ਹੁਣ ਇੱਥੇ ਕਿਵੇਂ ਕਹਿ ਦਿੱਤਾਗਾ ਇਟ ਕੈਨ ਬੀ ਅਬਜ਼ਰਵਡ ਥੈਟ ਫਿਸ਼ਿਸ ਵਿਦ ਚਾਰ ਕੈਪਟਿਨ ਸਾਲਟੀ ਵਾਟਰ ਐਂਡ ਇਨ येलो ਕਲਰਿੰਗ ਜੋ ਕੀ ਰੱਖੀਆਂ ਹੋਈਆਂ ਨੇ ਗਿਆ ਸਾਲਟੀ ਵਾਟਰ ਤੇ येलो ਕਲਰਿੰਗ ਦੇ ਵਿੱਚ ਉਹਨਾਂ ਨੂੰ ਕੀ ਕੀਤਾ ਜਾਂਦਾਗਾ ਗ੍ਰਿਲ ਦੇ ਵਿੱਚ ਰੱਖਿਆ ਜਾਂਦਾ ਵਿਦ ਦਾ ਬਿਊਟੂ ਮੇਕਿੰਗ ਇਟਸ ਅ স্মੋਕ ਕਿਉਂ ਰੱਖਿਆ ਜਾਂਦਾਗਾ ਵਿਦ ਦਾ ਬਿਊਟੂ ਇੱਕ ਪਰਪਸ ਦੱਸਦਾਗਾ ਪਰਪਸ ਕੀ ਹੈਗਾ ਉਹਦੀ স্মੋਕ ਬਣਾਉਣ ਦੇ ਲਈ ਆ ਦੇਖੋ ਆ ਇੱਕ ਗ੍ਰਿਲ ਹੈਗੀ ਜਿਹਦੇ ਵਿੱਚ ਇਹ ਮੱਛੀਆਂ ਰੱਖੀਆਂ ਨੇ ਹੈਗੀਆਂ ਉਹਦੀ স্মੋਕ ਬਣਾਉਣ ਦੇ ਲਈ ਠੀਕ ਹੈ ਜੀ ਆਫਟਰ ਕੰਪਲੀਟਿੰਗ ਥਿਸ ਪ੍ਰੋਸੈਸ ਇਸ ਪ੍ਰੋਸੈਸ ਦੇ ਕੰਪਲੀਟ ਹੋਣ ਤੋਂ ਬਾਅਦ স্মੋਕਡ ਫਿਸ਼ਸ ਆਰ ਪੈਕਡ ਹੁਣ ਦੇਖੋ ਜੀ ਹੁਣ ਜਦੋਂ ਗ੍ਰਿਲ ਆ ਜਾਂਦੀ ਹੈਗੀਆਂ ਗ੍ਰਿਲ ਕਹਿੰਦਾ ਮਤਲਬ স্মੋਕ ਬਣਾ ਦਿੰਦੀ ਹੈ ਗ੍ਰਿਲ ਦੇ ਵਿੱਚ ਰੱਖਣ ਤੋਂ ਮਾ স্মੋਕ ਬਣਦਾ ਉਹਨੂੰ ਫਿਸ਼ੀਸ ਨੂੰ ਕੀ ਹੈ ਪੈਕ ਕੀਤਾ ਜਾਂਦਾ ਹੈ ਹਨਾ ਫਿਸ਼ੀਸ ਆਰ ਕੀ ਕੀਤੇ ਜਾਂਦੀ ਨੇ ਆਰ ਪੈਕਡ ਐਂਡ ਕੇਪਟ ਇਨ ਅ ਫ੍ਰੀਜ਼ਰ ਐਟ 0 ਸੈਲਸੀਅਸ ਤੇ ਇਹਨੂੰ ਕੀ ਹੈਗਾ ਇਹਨਾਂ ਫਿਸ਼ੀਸ ਨੂੰ ਪੈਕ ਕੀਤਾ ਜਾਂਦਾ ਹੈਗਾ ਤੇ ਫ੍ਰੀਜ਼ਰ ਦੇ ਵਿੱਚ ਰੱਖਿਆ ਜਾਂਦਾ ਹੈਗਾ 0 ਡਿਗਰੀ ਸੈਲਸੀਅਸ ਤੇ ਠੀਕ ਹੈ ਜੀ ਲਾਸਟਲੀ it is vivid that for distributing the fishes kehnde aakhirkar eh kehnde clear hai bi inna fishes nu distribute karan de layi these fishes are stored in a cold store eh fishes ne giyan jehniyan ki nahiyan store kitiye jande ne higiyan cold store te ere vich vi dekho freezer wali option ton pehla main sidha distribute te move karta for distributing the fishes these fishes are kept ਇਨਾ ਕੋਲਡ ਸਟੋਰ ਠੀਕ ਹੈ ਇਹਨਾਂ ਫਿਸ਼ੀਜ਼ ਨੂੰ ਕੋਲਡ ਸਟੋਰ ਦੇ ਵਿੱਚ ਰੱਖਿਆ ਜਾਂਦਾ ਹੈਗਾ ਉਹ ਕਿਉਂ ਰੱਖਿਆ ਜਾਂਦਾ ਹੈਗਾ ਟੂ ਸੈਲਟ ਸੇਫਲੀ ਟੂ ਅ ਸ਼ਾਪ ਕਹਿੰਦਾ ਮਤਲਬ ਇਹਨਾਂ ਮੱਛੀਆਂ ਨੂੰ ਕਹਿੰਦਾ ਮਤਲਬ ਸੇਲ ਕਰਨ ਦੇ ਲਈ ਸੇਫਲੀ ਟੂ ਅ ਸ਼ਾਪ ਦੇਖੋ ਹੁਣ ਕੱਲਾ ਨਹੀਂ ਕੀ ਕਰਦੇ ਨੇਗੇ ਵੀ ਆ ਹੁਣ ਆਪਣੇ ਵੱਲੋਂ ਸੇਫਲੀ ਐਡ ਕਰ ਦੋ ਕੁਛ ਨਾ ਕੁਛ ਐਦਾਂ ਐਡ ਕਰ ਦੋ ਵੀ ਕਿਉਂ ਰੱਖਿਆ ਜਾਂਦਾ ਆਬਵੀਅਸਲੀ ਹੁਣ ਆਪਾਂ ਕੋਈ ਬੰਦਾ ਵੀ ਮਰ ਜਾਂਦਾ ਉਹਨੂੰ ਆਪਾਂ ਬਰਫ਼ ਦੇ ਵਿੱਚ ਰੱਖ ਦੇਾਂਗੇ ਕਿਉਂ ਰੱਖਦੇ ਆਂ ਵੀ ਤਾਂ ਜੋ ਉਹ ਉਹਦੀ ਡੈੱਡ ਬੋਡੀ ਖਰਾਬ ਨਾ ਹੋਵੇ ਉਦੇ ਵਿੱਚ 스멜 ਨਾ ਆਵੇ ਉਹਨੂੰ ਸੇਫਲੀ ਆਪਾਂ ਰੱਖਣ ਦੇ ਲਈ ਆਪਾਂ ਕਰਦੇ ਆਂ ਉਮੇ ਜਿਕਰੀ ਕਹਿੰਨਾ ਮਤਲਬ ਹੈ ਇਹ ਜਿਹੜੀਆਂ ਡਿਸਟ੍ਰਿਬਿਊਟ ਕਰਨ ਤੋਂ ਪਹਿਲਾਂ ਜਿਹੜੀਆਂ ਇਹ ਫਿਸ਼ੀਜ਼ ਨੇਗੀਆਂ ਇਹਨਾਂ ਨੂੰ ਸਟੋਰ ਕੀਤਾ ਜਾਂਦਾ ਹੈਗਾ ਕੋਲਡ ਸਟੋਰ ਦੇ ਵਿੱਚ ਕਿਉਂ ਸਟੋਰ ਕੀਤਾ ਜਾਂਦਾ ਹੈਗਾ ਟੂ ਸੈਲ ਇਟ ਸੇਫਲੀ ਟੂ ਅ 숍 ਕਹਿੰਦੇ ਵੀ ਇਹਨੂੰ ਸੇਫਲੀ ਆਪਾਂ ਸੇ ਇੱਕ ਦੁਕਾਨ ਨੂੰ ਕੀ ਹੈ ਬੇਚ ਸਕੀਏ ਠੀਕ ਹੈ ਜੀ ਮੈਂ ਉਮੀਦ ਕਰਦੀ ਆ ਤੁਹਾਨੂੰ ਮੇਰਾ ਇਹ ਕੰਟੈਂਟ ਵਧੀਆ ਲੱਗਿਆ ਹੋਣਾ ਜੇਕਰ ਤੁਹਾਨੂੰ ਮੇਰਾ ਕੰਟੈਂਟ ਵਧੀਆ ਲੱਗਿਆ ਪਲੀਜ਼ 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 ਆਈ ਰਿਕੁਐਸਟ ਟੂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤੇ ਮੈਂ ਤੁਹਾਨੂੰ ਪ੍ਰੋਮਿਸ ਕਰਦੀ ਹਾਂ ਜੇਕਰ ਤੁਸੀਂ ਮੇਰੀ ਸਪੋਰਟ ਕੀਤੀ ਮੇਰੇ ਚੈਨਲ ਨੂੰ 1k ਪਲੱਸ ਸਬਸਕ੍ਰਾਈਬਰ ਦਿਵਾਉਣ ਦੇ ਵਿੱਚ ਮੈਂ ਤੁਹਾਡੇ ਲਈ ਜੰਬੋ ਰਾਈਟਿੰਗ ਲੈ ਕੇ ਆਉਂਗੀ ਜਿਸ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਸੈਂਟੈਂਸ ਫਾਰਮੇਸ਼ਨ ਸਿੱਖਣ ਨੂੰ ਮਿਲੂਗੀ ਤੇ ਤੁਹਾਨੂੰ ਉਹ ਤੁਹਾਨੂੰ 7 ਬੈਂਡ ਸਕੋਰ ਦਿਵਾਉਣ ਵਿੱਚ ਬਹੁਤ ਹੈਲਪ ਕਰੂਗੀ ਤੇ ਉਹ ਉਹ ਬਹੁਤ ਹੀ ਜ਼ਿਆਦਾ ਈਜ਼ੀ ਹੋਣੀ ਹੈ ਹਰ ਇੱਕ ਚੀਜ਼ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਸਮਝਾਉਂਗੀ ਜਿਸ ਦੇ ਨਾਲ ਕੀ ਹੈਗਾ ਤੁਸੀਂ ਈਜ਼ੀਲੀ ਉਸ ਚੀਜ਼ ਨੂੰ ਸਮਝ ਕੇ ਖੁਦ ਯੂਜ਼ ਕਰ ਪਾਓਗੇ ਠੀਕ ਹੈ ਜੀ ਤੇ ਜੋ ਵੀ ਸਟੂਡੈਂਟਸ ਵਿਲਿੰਗ ਨੇਗੇ ਮੇਰਾ ਬੇਸਿਕ ਤੇ ਐਡਵਾਂਸ ਇੰਗਲਿਸ਼ ਦਾ ਕੋਰਸ ਜੁਆਇਨ ਕਰਨ ਦੇ ਵਿੱਚ ਉਹ ਮੇਰੇ ਇਸ ਕੋਰਸ ਨੂੰ ਜਲਦੀ ਤੋਂ ਜਲਦੀ ਜੁਆਇਨ ਕਰ ਸਕਦੇ ਨੇ ਕਿਉਂਕਿ ਉਸ ਕੋਰਸ ਦੇ ਜਰੀਏ ਮੈਂ ਉਹਨਾਂ ਨੂੰ ਹਰ ਇੱਕ ਚੀਜ਼ ਅਬਜ਼ਰਵ ਕਰਵਾਉਂਗੀ ਤੇ ਉਹਨਾਂ ਨੂੰ ਸਿਖਾਉਂਗੀ ਵੀ ਕਿੱਦਾਂ ਤੁਸੀਂ ਹਰ ਇੱਕ ਚੀਜ਼ ਨੂੰ ਖੁਦ ਕ੍ਰੀਏਟ ਕਰ ਸਕਦੇ ਹੋ ਠੀਕ ਹੈ ਜੀ ਉਹਨਾਂ ਨੂੰ ਹਰ ਇੱਕ ਚੀਜ਼ ਪ੍ਰੈਕਟੀਕਲੀ ਦੱਸੂਗੀ ਏ ਸਿਚੁਏਸ਼ਨ ਦੇ ਵਿੱਚ ਆਪਾਂ ਏਦਾਂ ਨਹੀਂ ਸੈਂਟੈਂਸ ਫਾਰਮੇਸ਼ਨ ਯੂਜ਼ ਕਰਦੇ ਆਂ ਏ ਸਿਚੁਏਸ਼ਨ ਦੇ ਵਿੱਚ ਆਪਾਂ ਏਦਾਂ ਦੀ ਯੂਜ਼ ਕਰਦੇ ਆਂ ਜੇ ਤੁਸੀਂ ਤੁਸੀਂ ਉਹ ਸਾਰੀਆਂ ਸਿਚੁਏਸ਼ਨਸ ਦੇ ਨਾਲ ਅਵੇਅਰ ਹੋ ਗਏ ਤਾਂ ਤੁਸੀਂ ਡੈਫੀਨੇਟਲੀ ਖੁਦ ਕ੍ਰੀਏਟੀਵਿਟੀ ਕਰਨ ਦੇ ਕਾਬਿਲ ਬਣ ਜਾਓਗੇ ਜਿਸ ਦੇ ਨਾਲ ਤੁਸੀਂ ਕੀ ਖੁਦ ਕਿਊ ਕਾਰਡ ਤੇ ਰਾਈਟਿੰਗ ਨੂੰ ਹੈਂਡਲ ਕਰਨ ਦੇ ਕਾਬਿਲ ਬਣੋਗੇ ਪਲੱਸ ਤੁਹਾਡੀ ਰੀਡਿੰਗ ਤੇ ਲਿਸਨਿੰਗ ਦੇ ਵਿੱਚ ਅੰਡਰਸਟੈਂਡਿੰਗ ਪਾਵਰ ਇੰਪਰੂਵ ਹੋਣੀ ਹੈ ਤੇ ਇਹੀ ਸੈਂਟੈਂਸ ਫਾਰਮੇਸ਼ਨਸ ਇਹੀ ਜੋ ਵੀ ਚੀਜ਼ਾਂ ਮੈਂ ਸਿਖਾਉਂਗੀ ਤੁਹਾਡੀ ਰੈਗੂਲਰ ਲਾਈਫ ਦੇ ਵਿੱਚ ਵੀ ਕਮ ਆਉਣਗੀਆਂ ਤੁਸੀਂ इजीली ਇੰਗਲਿਸ਼ ਦੇ ਵਿੱਚ ਗੱਲ ਕਰਨ ਦੇ ਕਾਬਿਲ ਬਣ ਜਾਓਗੇ ਠੀਕ ਹੈ ਜੀ ਐਂਡ ਥੈਂਕਸ ਫॉर ਵਾਚਿੰਗ ਐਂਡ ਸਟੇ ਟਿਊਨਡ ਫॉर ਮੋਰ ਅਪਡੇਟਸ